ਹਾਂਜੀ ਬੇਟਾ ਅੱਜ ਆਪਾਂ ਪੰਜਾਬੀ ਸੱਭਿਆਚਾਰ ਲੈਸਨ ਕਰਾਂਗੇ ਪੰਜਾਬੀ ਸੱਭਿਆਚਾਰ ਵਿੱਚ ਪਹਿਲਾਂ ਸੱਭਿਆਚਾਰ ਬਾਰੇ ਦੱਸਿਆ ਗਿਆ ਹੈ ਕਿ ਸੱਭਿਆਚਾਰ ਕੀ ਹੁੰਦਾ ਹੈ ਸੱਭਿਆਚਾਰ ਕਿਸੇ ਖਾਸ ਖੇਤਰ ਜਾਂ ਕੌਮ ਦੀ ਜੀਵਨ ਜਾਚ ਹੁੰਦੀ ਹੈ ਭਾਵ ਜੀਵਨ ਜਿਉਣ ਦਾ ਢੰਗ ਹੁੰਦਾ ਹੈ ਸੱਭਿਆਚਾਰ ਕਿਸੇ ਖੇਤਰ ਦੇ ਲੋਕਾਂ ਦਾ ਜੀਵਨ ਜਿਉਣ ਦਾ ਢੰਗ ਹੁੰਦਾ ਹੈ ਇਸ ਦੇ ਵਿੱਚ ਸ਼ਾਮਲ ਕੀ ਕੁਝ ਹੁੰਦਾ ਹੈ ਉਹਨਾਂ ਦੇ ਵਿਚਾਰ, ਮਨੋਤਾ, ਰਹਿਣ ਸਹਿਣ, ਕਦਰਾਂ ਕੀਮਤਾਂ, ਕੀ ਕੁਝ ਉਹ ਖਾਂਦੇ ਪੀਂਦੇ ਐ, ਕੀ ਉਹਨਾਂ ਦੇ ਰਿਵਾਜ ਐ, ਕੀ ਪਹਿਰਾਵਾ ਐ, ਕੀ ਬੋਲੀ ਐ, ਕੀ ਉਹਨਾਂ ਦੇ ਤਿਉਹਾਰ ਐ, ਸਾਰੀਆਂ ਚੀਜ਼ਾਂ ਸੱਭਿਆਚਾਰ ਵਿੱਚ ਸ਼ਾਮਲ ਹੁੰਦੀ ਐ। ਜੇ ਆਪਾਂ ਆਮ ਦੇਖੀਏ ਤਾਂ ਆਪਾਂ ਨੂੰ ਬੜੀ ਸਿੰਪਲ ਜੀ ਚੀਜ਼ ਲੱਗਦੀ ਐ ਵੀ ਸੱਭਿਆਚਾਰ ਬਹੁਤ ਸਧਾਰਨ ਐ। ਪਰ ਜਿਵੇਂ ਜਿਵੇਂ ਅੱਗੇ ਇਹਦਾ ਅਧਿਐਨ ਕਰਦੇ ਜਾਂਦੇ ਆਪਾਂ ਉਵੇਂ-ਉਵੇਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਸੱਭਿਆਚਾਰ ਵੀ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਹੈ। ਇਹ ਬੇਟਾ ਇਹਨਾਂ ਪੈਰੇ ਨੂੰ ਡਿਟੇਲ ਵਿੱਚ ਕਰਾਉਣ ਦਾ ਕਾਰਨ ਇਹੀ ਹੈ ਕਿ ਜੋ ਸ਼ਾਰਟ ਆਨਸਰ ਕੁਐਸਚਨ ਆ ਸਕਦੀ ਹੈ। ਇਸ ਪੈਰੇ 'ਚ ਵੈਸੇ ਦੱਸਿਆ ਇਹੀ ਗਿਆ ਹੈ ਕਿ ਸੱਭਿਆਚਾਰ ਜੀਵਨ ਜਿਉਣ ਦਾ ਢੰਗ ਹੈ ਤੇ ਉਹਦੇ ਵਿੱਚ ਆਹ ਕੁਝ ਸ਼ਾਮਲ ਹੁੰਦਾ ਹੈ। ਅੱਗੇ ਆ ਜਾਂਦਾ ਬੇਟੇ ਸੱਭਿਆਚਾਰ ਦੀ ਪਰਿਭਾਸ਼ਾ ਅਤੇ ਸਰੂਪ ਜੇ ਆਪਾਂ ਸੱਭਿਆਚਾਰ ਦੀ ਪਰਿਭਾਸ਼ਾ ਦੇਣੀ ਹੋਵੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਦੋ ਸ਼ਬਦਾਂ ਨੂੰ ਮਿਲ ਕੇ ਬਣਿਆ ਹੋਇਆ ਹੈ ਇੱਕ ਹੈ ਸੱਭਿਆ ਦੂਜਾ ਹੈ ਆਚਾਰ ਸੱਭਿਆ ਦਾ ਅਰਥ ਹੈ ਨਿਯਮਬੱਧਤਾ ਆਚਾਰ ਦਾ ਅਰਥ ਹੈ ਆਚਰ ਭਾਵ ਉਹ ਆਚਰਨ ਉਹ ਕੈਰੇਕਟਰ ਉਹ ਚਰਿੱਤਰ ਜੋ ਨਿਯਮਾਂ ਦੀ ਪਾਲਣਾ ਕਰਦਾ ਹੋਵੇ ਉਹਨੂੰ ਸੱਭਿਅਕ ਕਿਹਾ ਜਾ ਸਕਦਾ ਹੈ ਇਹਦੇ ਵੱਖ-ਵੱਖ ਪਸ਼ਾਵਾਂ ਦੇ ਵਿੱਚ ਵੱਖ-ਵੱਖ ਅਰਥ ਵੀ ਹੈ ਅਗਲੇ ਪੈਰੇ ਦੇ ਵਿੱਚ ਸਾਨੂੰ ਦੱਸਿਆ ਹੋਇਆ ਕਿ ਕੋਈ ਵੀ ਇਹੋ ਜੀ ਚੀਜ਼ ਜਿਹਨੂੰ ਸਮਾਜ ਪ੍ਰਵਾਨਿਤ ਨਹੀਂ ਕਰਦਾ ਉਹ ਸੱਭਿਆਚਾਰ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੀ ਭਾਵ ਸੱਭਿਆਚਾਰ ਦੇ ਨਿਯਮਾਂ ਦੇ ਵਿੱਚ ਉਹੀ ਚੀਜ਼ ਸ਼ਾਮਲ ਹੁੰਦੀ ਹੈ ਜਿਸਨੂੰ ਸਮਾਜ ਜਿਹੜਾ ਹੈ ਉਹ ਪ੍ਰਵਾਨਿਤ ਕਰਦਾ ਹੈ ਸੱਭਿਆਚਾਰ ਲਈ ਅਸੀਂ ਵੱਖ-ਵੱਖ ਲੈਂਗੁਏਜਸ ਦੀ ਗੱਲ ਕੀਤੀ ਸੀ ਤਾਂ ਹਿੰਦੀ ਵਿੱਚ ਅਸੀਂ ਸੰਸਕ੍ਰਿਤੀ ਕਹਿੰਦੇ ਆ ਇਸਨੂੰ ਅੰਗਰੇਜ਼ੀ ਦੇ ਵਿੱਚ ਇਸ ਨੂੰ ਸੀ ਕਲਚਰ ਕਹਿੰਦੇ ਆ ਕਲਚਰ ਜਿਹੜਾ ਹੈ ਉਹ ਲੈਟਿਨ ਭਾਸ਼ਾ ਤੋਂ ਆਇਆ ਹੈ ਇਹਦੇ ਅਰਥ ਹੈ ਟੂ ਕਲਟੀਵੇਟ ਲੈਂਡ ਭਾਵ ਧਰਤੀ ਦੀ ਬਜਾਈ ਜਿਸ ਤਰ੍ਹਾਂ ਭੂਮੀ ਜਿਹੜੀ ਹੈ ਉਹ ਉਬੜ ਖੱਪੜੀ ਹੁੰਦੀ ਹੈ ਆਪਾਂ ਉਹਨੂੰ ਵਾਹ ਕੇ ਪੱਧਰੀ ਕਰਦੇ ਆਂ ਫੇਰ ਉਹ ਕੁਸ਼ ਬੀਜਣ ਦੇ ਕਾਬਲ ਹੁੰਦੀ ਹੈ ਇਸੇ ਤਰ੍ਹਾਂ ਹੀ ਸੱਭਿਆਚਾਰ ਉਹ ਪ੍ਰਕਿਰਿਆ ਹੈ ਜਿਦੇ ਰਾਹੀਂ ਮਨੁੱਖ ਆਪਣੇ ਆਪ ਨੂੰ ਵਾਤਾਵਰਣ ਅਨੁਸਾਰ ਢਾਲਦਾ ਹੈ ਤਾ ਸ਼ਾਰਟ ਆਨਸਰ ਲਈ ਤਾਂ ਬੇਟੇ ਇਹ ਸਾਰਾ ਪੇਜ ਤੁਸੀਂ ਪੜੋਗੇ ਤੇ ਜਿਹੜਾ ਕੁਐਸਚਨ ਹੈ ਸੱਭਿਆਚਾਰ ਤੋਂ ਕੀ ਭਾਵ ਹੈ ਉਹਦਾ ਤੁਹਾਨੂੰ ਕੁਐਸਚਨ ਜਿਹੜਾ ਹੈ ਉਹ ਮੈਂ ਗਰੁੱਪ ਦੇ ਵਿੱਚ ਸੈਂਡ ਕਰੂੰਗੀ ਉਹਦੇ ਵਿੱਚ ਅਸੀਂ ਇਹੀ ਲਿਖਾਂਗੇ ਕਿ ਸੱਭਿਆਚਾਰ ਕਿਸੇ ਖੇਤਰ ਦੇ ਲੋਕਾਂ ਦੀ ਜੀਵਨ ਜਾਚ ਹੁੰਦੀ ਹੈ ਜੀਵਨ ਜਿਉਣ ਦਾ ਢੰਗ ਹੁੰਦਾ ਸੈਕੰਡ ਅਸੀਂ ਲਿਖਾਂਗੇ ਉਹਦੇ ਵਿੱਚ ਸ਼ਾਮਿਲ ਕੀ ਕੁਝ ਹੁੰਦਾ ਹੈ ਜਿਵੇਂ ਅਸੀਂ ਪੜਿਆ ਉਹਦੇ ਵਿੱਚ ਮਨੌਤਾਂ ਪਹਿਰਾਵਾ ਰੀਤੀ ਰਿਵਾਜ ਜੋ ਕੁਛ ਵੀ ਤੁਸੀਂ ਇੱਥੇ ਪੜਿਆ ਹੈ ਉਹ ਸਾਰਾ ਕੁਛ ਇਹਦੇ ਵਿੱਚ ਸ਼ਾਮਿਲ ਹੁੰਦਾ ਹੈ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਫਿਰ ਅਸੀਂ ਲਿਖਾਂਗੇ ਕਿ ਸੱਪਿਆਚਾਰ ਦਾ ਸ਼ਾਬਦਿਕ ਅਰਥ ਕੀ ਹੈ ਸ਼ਾਬਦਿਕ ਅਰਥ ਹੈ ਨਿਯਮ ਪਲੱਸ ਨਿਯਮ ਬੱਧਤਾ ਪਲੱਸ ਆਚਾਰ ਪਾਵ ਉਹ ਕੈਰੈਕਟਰ ਉਹ ਚਰਿੱਤਰ ਜਿਹੜਾ ਨਿਯਮਾਂ ਨੂੰ ਨਿਯਮਾਂ ਵਿੱਚ ਬੰਨ ਕੇ ਚੱਲਦਾ ਹੋਵੇ ਠੀਕ ਹੈ ਉਹ ਆਚਾਰ ਮੀਨਸ ਉਹ ਕੈਰੈਕਟਰ ਉਹਨੂੰ ਸੱਭਿਆਚਾਰ ਕਹਾਂਗੇ ਮਨੁੱਖ ਨੂੰ ਸਮਾਜ ਵਿੱਚ ਰਹਿਣ ਲਈ ਬਹੁਤ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਇਹ ਜਿਹੜੇ ਆਪਾਂ ਜ਼ਿੰਦਗੀ ਨੂੰ ਠੀਕ ਢੰਗ ਨਾਲ ਜਿਉਣ ਲਈ ਨਿਯਮ ਬਣਾਏ ਹੁੰਦੇ ਐ ਇਹ ਸੱਭਿਆਚਾਰ ਦੇ ਅੰਡਰ ਆਉਂਦੇ ਐ ਡੈਫੀਨੇਸ਼ਨ ਦੇ ਵਿੱਚ ਅਸੀਂ ਹਿੰਦੀ ਬਾਰੇ ਗੱਲ ਕਰ ਸਕਦੇ ਹਾਂ ਕਿ ਸੰਸਕ੍ਰਿਤੀ ਕਿਹਾ ਜਾਂਦਾ ਇਸ ਨੂੰ ਇੰਗਲਿਸ਼ ਵਿੱਚ ਅੰਗਰੇਜ਼ੀ ਵਾਰੇ ਗੱਲ ਕਰ ਸਕਦੇ ਹਾਂ ਕਿ ਇਸ ਨੂੰ ਟੂ ਕਲਟੀਵੇਟ ਲੈਂਡ ਕਿਹਾ ਜਾਂਦਾ ਹੈ ਠੀਕ ਹੈ ਬੇਟਾ ਤੇ ਇਨਾ ਕੁਛ ਸੀ ਸੱਭਿਆਚਾਰ ਤੁਪਾਂ ਆਵਜਾ ਦੀ ਪਰਿਭਾਸ਼ਾ ਦੇ ਵਿੱਚ ਲਿਖਾਂਗੇ ਕਿ ਜੀਵਨ ਜਿਉਣ ਦਾ ਢੰਗ ਹੈ ਕੀ ਕੁਝ ਸ਼ਾਮਲ ਹੈ ਇਹਦੇ ਵਿੱਚ ਸ਼ਾਬਦਿਕ ਅਰਥੇ ਦਾ ਕੀ ਕਹਿੰਦਾ ਹੈ ਹਿੰਦੀ ਵਿੱਚ ਇਸ ਨੂੰ ਕੀ ਕਿਹਾ ਜਾਂਦਾ ਹੈ ਅੰਗਰੇਜ਼ੀ ਵਿੱਚ ਇਸ ਨੂੰ ਕੀ ਕਿਹਾ ਜਾਂਦਾ ਹੈ ਤੇ ਅਖੀਰ ਦੇ ਵਿੱਚ ਫਿਰ ਅਸੀਂ ਇਹਨੂੰ ਆਪਾਂ ਸਮ ਅਪ ਕਰਾਂਗੇ ਕੇ ਸਮਾਜ ਦੇ ਵਿੱਚ ਰਹਿਣ ਲਈ ਮਨੁੱਖ ਦੇ ਵਿੱਚ ਆਪਾਂ ਜਿਵੇਂ ਕਹਿੰਦੇ ਆ ਕਿ ਪਸ਼ੂ ਪੁਨਾ ਹੁੰਦਾ ਹੈ ਮਨੁੱਖ ਵੀ ਇੱਕ ਜਾਨਵਰ ਹੈ ਸਮਾਜ ਚ ਰਹਿਣ ਲਈ ਆਪਾਂ ਜਿਹੜੀਆਂ ਗੱਲਾਂ ਨੂੰ ਅਪਣਾ ਕੇ ਚੱਲਦੇ ਆ ਉਹਨਾਂ ਗੱਲਾਂ ਨੂੰ ਹੀ ਅਸੀਂ ਸੱਭਿਆਚਾਰ ਕਹਿੰਦੇ ਆ ਇਹ ਬੇਟਾ ਕੁਐਸਚਨ ਤੁਹਾਨੂੰ ਫਸਟ ਰਿਟਨ ਦੇ ਵਿੱਚ ਮਿਲ ਜੂਗਾ ਸ਼ਾਰਟ ਆਨਸਰ ਲਈ ਤੁਸੀਂ ਬੁੱਕ ਦਾ ਸਾਰਾ ਜਿਹੜਾ ਪਹਿਲਾ ਪੇਜ ਹੈ ਉਸ ਨੂੰ ਚੰਗੀ ਤਰ੍ਹਾਂ ਪੜ੍ਹੋਗੇ